हाथ जला बैठे, पशु नो सूझ ते समझ नहीं, उदे कोल विकसित मन नहीं है। इस वास्ते कहंदे ने पशु कोल केवल तन है और जो फरिश्ते ने देवते ने उन्हां कोल केवल मन है, एक मनुख है, इहदे कोल तन भी है मन भी है, ਇਹ ਦੋਵੇਂ ਮਨੁਸ਼ ਕੋਲ ਨੇ। ਮਨੁਸ਼ ਦੇ ਅਖਰੀ ਅਰਥ ਵੀ ਨੇ ਜੋ ਮਨ ਰੱਖਦਾ, ਮਾਨਵ ਜੋ ਮਨ ਰੱਖਦਾ। ਮਨ ਦੇ ਵਿੱਚ ਕੀ ਹੈ ਸਾਡੇ? ਜੋ ਮਨ ਮੰਨ ਲੈਂਦਾ ਉਹ ਤੇ ਮਨ ਦੇ ਵਿੱਚ ਹੈ, ਜੋ ਨਹੀਂ ਮੰਨਦਾ ਉਹ ਨਹੀਂ। ਜਿਸੇ ਖਾਧਾ ਹੋਇਆ ਭੋਜਨ ਜੋ ਤਨ ਦੇ ਚ ਰਹਿ ਗਿਆ ਉਹੀ ਖੂਨ ਹੈ, ਉਹੀ ਮਾਸ ਹੈ, ਉਹੀ ਚਰਬੀ ਹੈ। ਅੱਜ ਤੱਕ ਸੁਣ ਕੇ ਪੜ੍ਹ ਕੇ ਵੇਖ ਕੇ ਜੋ ਮਨ ਨੇ ਮੰਨਿਆ ਉਹੀ ਮਨ ਦੇ ਚ ਹੈ, ਬਾਕੀ ਨਹੀਂ, ਬਾਕੀ ਨਹੀਂ। ਜਿਸ ਨੂੰ ਮਨ ਮੰਨਦਾ ਨਹੀਂ ਉਹ ਮਨ ਦਾ ਹਿੱਸਾ ਨਹੀਂ ਬਣਦਾ। ਜੋ ਭੋਜਨ ਦੀ ਬੁਰਕੀ ਮੈਂ ਖਾਧੀ ਨਹੀਂ ਉਹ ਮੇਰੇ ਤਨ ਦਾ ਹਿੱਸਾ ਨਹੀਂ ਬਣਦਾ। ਜੋ ਮੈਂ ਮੰਨਿਆ ਹੀ ਨਹੀਂ ਉਹ ਮੇਰੇ ਮਨ ਦਾ ਹਿੱਸਾ ਨਹੀਂ ਬਣਦਾ। ਪਸ਼ੂਆਂ ਕੋਲ ਕੇਵਲ ਤਨ ਹੈ, ਦੇਵਤੇ ਕੋਲ ਕੇਵਲ ਮਨ ਹੈ, ਮਨੁਸ਼ ਕੋਲ ਤਨ ਵੀ ਹੈ ਮਨ ਵੀ ਹੈ। ਹੁਣ ਹੋਰ ਅਰਜ਼ ਕਰਾਂ, ਸਾਰੇ ਦੇ ਸਾਰੇ ਪਸ਼ੂ ਸੁੱਖ ਦੇ ਚ ਜੀ ਰਹੇ, ਕੋਈ ਦੁੱਖ ਨਹੀਂ ਹੈ। ਨਾ ਸਮਾਜਿਕ ਜ਼ਿੰਮੇਵਾਰੀ, ਨਾ ਧਾਰਮਿਕ ਜ਼ਿੰਮੇਵਾਰੀ, ਨਾ ਰਾਜਨੈਤਿਕ ਜ਼ਿੰਮੇਵਾਰੀ, ਨਾ ਆਰਥਿਕ ਔਕੜਾਂ। ਪ੍ਰਕਿਰਤੀ ਜਿਵੇਂ ਚਲਾ ਰਹੀ ਹੈ ਚੱਲ, ਸੁੱਖ ਦੇ ਚ ਜੀ ਰਹੇ, ਚਿੰਤਾ ਕਰ ਸਕਣ ਇਤਨਾ ਵਿਕਸਿਤ ਮਨ ਉਹਨਾਂ ਕੋਲ ਨਹੀਂ ਹੈ। ਫਿਕਰ ਅੰਦੇਸ਼ਾ ਕਰ ਸਕਣ ਇਤਨੀ ਸੋਚਣੀ ਉਹਨਾਂ ਕੋਲ ਨਹੀਂ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੜੇ ਕੀਮਤੀ ਬੋਲ ਨੇ ਕਲੰਗ ਰਾਗ ਦੇ ਵਿੱਚ, ਫਾਰਸੀ ਨੁਮਾ ਇਹ ਸ਼ਬਦ ਹੈ। ਸਾਹਿਬ ਕਹਿੰਦੇ ਨੇ ਪਰਿੰਦ ਹੈ ਨਾ ਗਿਰ ਹੈ ਜ਼ਰ, ਦਰਖਤ ਆਬ ਆਸ ਕਰ, ਦੇਹੰਦ ਸੋਹੀ ਏਕ ਤੋਹੀ ਏਕ ਤੋਹੀ। ਮੈਂ ਫਿਰ ਦੁਹਰਾਵਾਂ, ਪਰਿੰਦੇ ਨਾ ਗਿਰਹਿ ਜ਼ਰ, ਦਰਖਤ ਆਬ ਆਸ ਕਰ, ਦੇਹੰਦ ਸੋਹੀ ਏਕ ਤੋਹੀ ਏਕ ਤੋਹੀ। ਸ਼ਾਮ ਨੂੰ ਪੰਛੀ ਗੀਤ ਗਾਉਂਦੇ ਹੋਏ ਆਪਣੇ ਆਲ੍ਹਣਿਆਂ ਦੀ ਤਰਫ ਆ ਰਹੇ ਨੇ, ਆ ਰਹੇ। ਹਾਲਾਂਕਿ ਇਹਨਾਂ ਪੰਛੀਆਂ ਕੋਲ ਕੱਲ੍ਹ ਵਾਸਤੇ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ, ਲੇਕਿਨ ਫਿਰ ਵੀ ਗੀਤ ਗਾਉਂਦੇ ਆ ਰਹੇ, ਚਹਿਚਹਾਉਂਦੇ ਆ ਰਹੇ। ਗੀਤ ਗਾਉਂਦਿਆਂ ਗਾਉਂਦਿਆਂ ਇਹ ਆਪਣੇ ਆਲ੍ਹਣਿਆਂ 'ਚ ਪਹੁੰਚ ਗਏ। ਗੁਰੂ ਨਾਨਕ ਦੀ ਦ੍ਰਿਸ਼ਟੀ ਬੜੀ ਬਾਰੀ, ਰਾਤ ਦਾ ਪਹਿਲਾ ਪੈਰ ਸਮਾਪਤ ਹੋਇਆ, ਪੰਛੀ ਗੀਤ ਗਾਉਂਦਿਆਂ ਗਾਉਂਦਿਆਂ ਸੌਂ ਗਏ। ਰਾਤ ਦਾ ਚੌਥਾ ਪੈਰ ਆਰੰਭ ਹੋਇਆ, ਪੰਛੀ ਗੀਤ ਗਾਉਂਦਿਆਂ ਗਾਉਂਦਿਆਂ ਉੱਠ ਬੈਠੇ। ਕਹਿੰਦੇ ਨੇ ਅਕਬਰ ਨੇ ਬੀਰਬਲ ਤੇ ਇੱਕ ਪ੍ਰਸ਼ਨ ਕੀਤਾ ਸੀ, ਮਨੁੱਖ ਨੂੰ ਕਦੋਂ ਸੌ ਜਾਣਾ ਚਾਹੀਦਾ, ਕਦੋਂ ਜਾਗਣਾ ਚਾਹੀਦਾ। ਬੀਰਬਲ ਨੇ ਇੱਕੋ ਹੀ ਜਵਾਬ ਦਿੱਤਾ ਸੀ, ਜਹਾਂ ਬਣਾ ਜ
ਜਦ ਪੰਛੀ ਸੌਂ ਜਾਂਦੇ ਨੇ ਸੌਂ ਜਾਣਾ ਚਾਹੀਦਾ, ਜਦ ਪੰਛੀ ਜਾਗ ਬੈਠਦੇ ਨੇ ਜਾਗ ਬੈਠਣਾ ਚਾਹੀਦਾ। ਇੱਕ ਪੰਕਤੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਪੰਛੀਆਂ ਬਾਰੇ ਬੜੇ ਬਾ ਕਮਾਲ ਹੈ। ਓ ਬਲਹਾਰੀ ਤਿਨਾ ਪੰਛੀਆਂ, ਜੰਗਲ ਜਿੰਨਾ ਵਾਸ, ਕੱਕਰ ਚੁਗਨ ਥਲ ਵਸਨ, ਰੱਬ ਨਾ ਛੋੜਨ ਪਾਸ। ਕੱਲ ਵਾਸਤੇ ਇਹਨਾਂ ਕੋਲ ਕੁਛ ਵੀ ਨਹੀਂ ਹੈ, ਪਰ ਸ਼ਾਮ ਨੂੰ ਆਪਣੇ ਘਰ ਆ ਰਹੇ ਨੇ ਗੀਤ ਗਾਉਂਦੇ। ਪਰਿੰਦੇ ਨਾ ਗਿਰਹਿ ਜ਼ਰ, ਉਹਨਾਂ ਦੇ ਘਰ ਦੇ ਚ ਵੀ ਕੋਈ ਜ਼ਰ ਤੇ ਦਾਣੇ ਨਹੀਂ ਪਏ, ਕੁਛ ਵੀ ਨਹੀਂ ਪਏ। ਲੇਕਿਨ ਫਿਰ ਵੀ ਰਾਤ ਦਾ ਪਹਿਲਾ ਪਹਿਰ ਸਮਾਪਤ ਹੋਇਆ, ਗੀਤ ਗਾਉਂਦਿਆਂ ਗਾਉਂਦਿਆਂ ਸੌਂ ਲਏ, ਉਹ ਫੁੱਟ ਗਈ ਹੈ। ਰਾਤ ਦਾ ਚੌਥਾ ਪਹਿਰ ਆਰੰਭ ਹੋ ਗਿਆ, ਗੀਤ ਗਾਉਂਦਿਆਂ ਗਾਉਂਦਿਆਂ ਉੱਠ ਬੈਠੇ। ਸਵੇਰ ਹੋ ਗਈ ਹੈ, ਪੂਰਾ ਚਾਨਣਾ ਹੋ ਗਿਆ, ਗੀਤ ਗਾਉਂਦਿਆਂ ਗਾਉਂਦਿਆਂ ਘੌਂਸਲਿਆਂ ਚੋਂ ਨਿਕਲ ਪਏ। ਦਿਨ ਭਰ ਰਿਜ਼ਕ ਦੀ ਤਲਾਸ਼, ਦਾਣਿਆਂ ਦੀ ਤਲਾਸ਼, ਸ਼ਾਮਾਂ ਪੈ ਗਈਆਂ। ਫਿਰ ਗੀਤ ਗਾਉਂਦੇ ਗਾਉਂਦੇ ਆਪਣੇ ਆਲਣਿਆਂ ਨੂੰ ਆ ਰਹੇ। ਪਹਿਲਾ ਪਹਿਰ ਸਮਾਪਤ ਹੋਇਆ, ਫਿਰ ਗੀਤ ਗਾਉਂਦਿਆਂ ਗਾਉਂਦਿਆਂ ਸੌਂ ਗਏ। ਚੌਥਾ ਪਹਿਰ ਆਰੰਭ ਹੋਇਆ, ਫਿਰ ਗੀਤ ਗਾਉਂਦਿਆਂ ਗਾਉਂਦਿਆਂ ਉੱਠ ਬੈਠੇ ਨੇ। ਚਾਨਣਾ ਹੋ ਗਿਆ, ਗੀਤ ਗਾਉਂਦਿਆਂ ਗਾਉਂਦਿਆਂ ਆਲਣਿਆਂ ਨੂੰ ਛੋੜ ਕੇ ਰਿਜ਼ਕ ਦੀ ਤਲਾਸ਼ ਵਿੱਚ ਚੱਲ ਪਏ। ਮਨੁੱਖ ਨੂੰ ਦੇਖੀਏ, ਮੁਰਝਾਇਆ ਹੋਇਆ, ਘੁੰਮਲਾਇਆ ਹੋਇਆ ਚਿਹਰਾ ਇਹ ਸ਼ਾਮ ਨੂੰ ਆਪਣੇ ਘਰ ਦੇ ਵਿੱਚ ਲਿਆਉਂਦਾ ਹੈ। ਹਜ਼ਾਰਾਂ ਤਰ੍ਹਾਂ ਦੇ ਹੌਕੇ ਭਰਦੇ ਹੋਇਆ ਰਾਤ ਨੂੰ ਸੌਂਦਾ ਹੈ, ਹਜ਼ਾਰਾਂ ਤਰ੍ਹਾਂ ਦੀਆਂ ਚਿੰਤਾਵਾਂ ਲੈ ਕੇ ਸਵੇਰੇ ਉੱਠਦਾ ਹੈ, ਹਜ਼ਾਰਾਂ ਤਰ੍ਹਾਂ ਦੇ ਸਿਆਪੇ ਲੈ ਕੇ ਸਵੇਰੇ ਘਰੋਂ ਨਿਕਲਦਾ ਹੈ ਤੇ ਹਜ਼ਾਰਾਂ ਤਰ੍ਹਾਂ ਦੇ ਹੌਕੇ ਲੈ ਕੇ ਸ਼ਾਮ ਨੂੰ ਵਾਪਸ ਆਉਂਦਾ। ਇਹ ਖੇੜਾ ਜੋ ਪੰਛੀਆਂ ਕੋਲ ਹੈ, ਮਨੁੱਖ ਕੋਲ ਨਹੀਂ ਹੈ। ਪੰਛੀ ਕੋਲ ਕੱਲ ਵਾਸਤੇ ਕੁਛ ਵੀ ਨਹੀਂ, ਫਿਰ ਵੀ ਹੱਸਦਾ ਹੋਇਆ ਆ ਰਿਹਾ। ਕਈ ਮਨੁੱਖਾਂ ਕੋਲ ਤੇ ਇਤਨਾ ਹੈ ਕਿ ਉਹਦੀਆਂ ਸੱਤ ਪੀੜੀਆਂ ਖਾ ਲੈਣ, ਫਿਰ ਵੀ ਰੋਂਦਾ ਹੋਇਆ ਆ ਰਿਹਾ, ਫਿਰ ਵੀ ਹੌਕੇ ਭਰਦਾ ਹੋਇਆ। ਪਸ਼ੂ ਸੁੱਖ ਦੇ ਚ ਜੀ ਰਹੇ ਨੇ, ਦੇਵਤੇ ਆਨੰਦ ਦੇ ਚ ਜੀ ਰਹੇ ਨੇ, ਦੁੱਖ ਦੇ ਚ ਕੇਵਲ ਮਨੁੱਖ ਜੀ ਰਹੇ, ਦੁਖੀ ਕੇਵਲ ਮਨੁੱਖ। ਇੱਕ ਦੋ ਤਿੰਨ ਚਾਰ ਮਨੁੱਖ ਦੁਖੀ ਨਹੀਂ, ਸਾਰੇ ਦੁਖੀ। ਨਾਨਕ ਦੁਖੀ ਆ ਸਭ ਸੰਸਾਰ, ਸਾਰੇ ਹੀ ਦੁਖੀ ਨੇ। ਫਿਰ ਮਹਾਰਾਜ ਤੇ ਇੱਕ ਹੋਰ ਗਜ਼ਬ ਦੀ ਗੱਲ ਕਰਦੇ ਨੇ, ਗੁਸਤਾਖੀ ਲਈ ਸ਼ਮਾ ਮਾਫੀ। ਮਹਾਰਾਜ ਕਹਿੰਦੇ ਨੇ ਹਰ ਮਨੁੱਖ ਦੁੱਖਾਂ ਦੀ ਪੰਡ ਹੈ, ਔਰ ਕੁਛ ਵੀ ਨਹੀਂ, ਕੁਛ ਵੀ। ਅਗਰ ਇੱਕ ਹਜ਼ਾਰ ਮਨੁੱਖ ਬੈਠੇ ਨੇ, ਇੱਕ ਹਜ਼ਾਰ ਦੁੱਖਾਂ ਦੀਆਂ ਪੰਡਾਂ ਬੈਠੀ। ਪੰਡ ਖੋਲੋ, ਸਿਵਾਏ ਦੁੱਖ ਦੇ ਔਰ ਕੁਛ ਵੀ ਨਹੀਂ, ਕੁਛ ਵੀ। ਤੁਸੀਂ ਆਖੋਗੇ ਮਨੁੱਖ ਦਾ ਵੀ ਇਸ ਪੰਡ ਨੂੰ ਖੋਲਣ ਦਾ ਢੰਗ ਹੈ, ਇੱਕ ਢੰਗ ਹੈ। ਕੀ ਹੈ? ਤੁਸੀਂ ਬਸ ਆਪਣਾ ਇੱਕ ਦੁੱਖ ਉਸਨੂੰ ਸੁਣਾਓ, ਇੱਕ ਦੁੱਖ। ਉਹ ਫਿਰ ਵਾਰੀ ਨਹੀਂ ਆਣ ਦੇਗਾ, ਉਹ ਆਪਣੇ ਸੈਂਕੜੇ ਰੋਣੇ ਸੁਣਾਏ। ਸਿਆਣਾ ਮਨੁੱਖ ਕਦਈ ਆਪਣਾ ਦੁੱਖ ਕਿਸੇ ਦੇ ਅੱਗੋਂ ਨਹੀਂ ਰੱਖ, ਇਹ ਸਿਆਣਪ ਦੀ ਪਹਿਚਾਣ ਹੈ। ਕਿਉਂ? ਉਹਨੂੰ ਪਤਾ ਹੈ ਮੈਂ ਅਜੇ ਪੰਡ ਖੋਲਣ ਲੱਗਾਂਗਾ, ਉਸਨੇ ਪਹਿਲੇ ਹੀ ਖੋਲ ਕੇ ਰੱਖ ਦੇਣੇ। ਗੁਰੂ ਨਾਨਕ ਦੇਵ ਜੀ ਮਹਾਰਾਜ, ਕਿਸ ਪੇ ਖੋਲੋ ਗੰਠੜੀ, ਦੁਖੀ ਭਰ ਆਇਆ।
मैं अपने दुख